ਨੱਬੀਆਂ ਬੰਦਾ ਸਾਡੀਆਂ ਦੌਲੇ ਵਾਲੇ ਮੇਨ ਬੰਦੇ ਦੋ ਤਿੰਨ ਬੰਦੇ ਇਹਨਾਂ ਦੇ ਇੱਕ ਹੋਰ ਹੈ ਜਿਹੜਾ ਸਾਡੀ ਗੱਡੀ ਮੂਹਰੇ ਹੋਇਆ ਮੇਨ ਬੰਦਾ ਖਿੱਚ ਤੂ ਦੀਆਂ ਇਹ ਤਸਵੀਰਾਂ ਇਹ ਬਿਆਨ ਕਰਦੀਆਂ ਨੇ ਕਿ ਬੱਸ ਨਾ ਰੁਕਣ ਕਰਕੇ ਲੋਕਾਂ ਦਾ ਪਾਰਾ ਸੱਤਵੇਂ ਆਸਮਾਨ ਤੇ ਪਹੁੰਚ ਗਿਆ। ਦੱਸ ਦੇ ਕਿ PRTC ਦੀ ਬੱਸ ਨਹੀਂ ਰੁਕੀ ਤਾਂ ਲੋਕਾਂ ਨੇ ਅੱਗੇ ਜਾ ਕੇ ਰੋਕ ਲਈ, ਖਾਲੀ ਨੇ ਪਰ ਕੰਡਕਟਰ ਜਾਣ ਬੁੱਝ ਕੇ ਇੱਥੇ ਨਹੀਂ ਰੋਕ ਰਹੇ, ਜਿਸ ਕਰਕੇ ਲੋਕਾਂ ਨੂੰ ਖੱਜਲ ਖੁਆਰ ਹੋਣਾ ਪੈ ਰਿਹਾ। ਦੱਸ ਦੇ ਕਿ 52 ਸਵਾਰੀਆਂ ਵਾਲੇ ਰੂਲਸ ਨੇ ਲੋਕਾਂ ਨੂੰ ਪਰੇਸ਼ਾਨ ਕੀਤਾ ਹੋਇਆ, ਜਿਸ ਕਰਕੇ ਲੋਕ ਆਪੋ ਆਪਣੇ ਕੰਮਾਂ ਤੋਂ ਲੇਟ ਹੋ ਰਹੇ ਨੇ। ਇਹ ਤਸਵੀਰਾਂ ਬਠਿੰਡਾ ਮਲੋਟ ਹਾਈਵੇ ਦੀਆਂ ਨੇ, ਜਿੱਥੇ ਪਿੰਡ ਦੌਲਾ ਦੇ ਲੋਕਾਂ ਦੇ ਵੱਲੋਂ ਬੱਸ ਦੇ ਕੰਡਕਟਰ ਅਤੇ ਡਰਾਈਵਰ ਦੇ ਨਾਲ ਖਿੱਚਤੂ ਕੀਤੀ ਗਈ। ਅੱਗੇ ਜਾ ਕੇ ਬੱਸ ਨੂੰ ਰੋਕਿਆ ਗਿਆ ਔਰ ਦੱਸਿਆ ਜਾ ਰਿਹਾ ਕਿ ਬੱਸ ਦੀ ਭੰਨ ਤੋੜ ਵੀ ਲੋਕਾਂ ਦੇ ਵੱਲੋਂ ਕੀਤੀ ਗਈ। ਦੱਸਦੇ ਕਿ ਪੰਜਾਬ ਰੋਡਵੇਜ਼ ਅਤੇ PRTC ਮੁਲਾਜ਼ਮਾਂ ਨੇ ਹਿੱਟ ਐਂਡ ਰਨ ਐਕਟ ਨੂੰ ਕਾਲਾ ਕਾਨੂੰਨ ਕਰਾਰ ਦਿੰਦਿਆਂ ਕਿਹਾ ਕਿ ਉਹ ਬੱਸਾਂ ਦੇ ਵਿੱਚ ਸਿਰਫ 52 ਸਵਾਰੀਆਂ ਹੀ ਬਿਠਾਉਣਗੇ ਕਿਉਂਕਿ ਉਹ ਕੋਈ ਜ਼ੋਖਮ ਨਹੀਂ ਲੈਣਾ ਚਾਹੁੰਦੇ। ਇਸ ਕਾਰਨ ਹੁਣ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਬੱਸਾਂ ਵਿੱਚ ਸੀਟਾਂ ਜਿੰਨੀਆਂ ਹੀ ਸਵਾਰੀਆਂ ਨੇ। ਅਜਿਹੇ ਵਿੱਚ ਯਾਤਰੀਆਂ ਨੂੰ ਦੂਜੀ ਬੱਸ ਦਾ ਇੰਤਜ਼ਾਰ ਕਰਨਾ ਪੈਂਦਾ ਅਤੇ ਸੀਟ ਮਿਲਣ ਤੇ ਹੀ ਸਫ਼ਰ ਕਰ ਸਕਦੇ ਨੇ। ਸੋ ਦੱਸ ਦਈਏ ਕਿ ਬਹੁਤ ਸਾਰੇ ਲੋਕ ਨੇ ਜਿਹੜੇ ਬੱਸ ਅੱਡਿਆਂ ਤੇ ਖੜੇ ਖੜਾਏ ਰਹਿ ਜਾਂਦੇ ਨੇ, ਬੱਸਾਂ ਖਾਲੀ ਹੋਣ ਦੇ ਬਾਵਜੂਦ ਡਰਾਈਵਰ ਨਹੀਂ ਰੋਕਦੇ, ਤਾਂ ਹੁਣ ਲੋਕਾਂ ਦਾ ਗੁੱਸਾ ਜਿਹੜਾ ਦਿਨੋਂ ਦਿਨ ਵੱਧ ਰਿਹਾ। ਆਓ ਇੱਕ ਵਾਰ ਪੂਰੀਆਂ ਤਸਵੀਰਾਂ ਦੇਖੋ ਕਿਸ ਤਰੀਕੇ ਦੇ ਨਾਲ ਬੱਸ ਦੇ ਡਰਾਈਵਰ ਅਤੇ ਕੰਡਕਟਰ ਦੀ ਲੋਕਾਂ ਦੇ ਵੱਲੋਂ ਖਿੱਚਤੂ ਕੀਤੀ ਗਈ। ਸਾਡਾ ਜਿਹੜਾ ਹੈਗਾ ਜੀ ਮਸਲਾ ਸਾਰਾ ਹੈਗਾ ਬੱਸ ਨਾ ਰੁਕਣ ਕਰਕੇ, 52 ਸੀਟਾਂ ਹੋਣ ਕਰਕੇ ਜੀ, ਜਿਹੜਾ ਹੈਗਾ ਸਾਡੇ ਪਿੰਡ ਨੂੰ ਨਾ ਤਾਂ ਕੋਈ ਕਦੇ ਵੀ ਸਾਡੇ ਬੰਦੇ ਜਿਹੜੀ ਸਵਾਰੀਆਂ ਚੱਕੀਆਂ ਨਹੀਂ ਜਾਂਦੀਆਂ, ਜਿਹਦੇ ਕਰਕੇ ਸਾਡੇ ਪਿੰਡ ਪੱਧਰ ਤੇ ਇਹ ਚੀਜ਼ ਕਿਹਾ ਸੀਗਾ ਵੀ ਅਸੀਂ ਪਿੰਡ ਨੂੰ ਇਹ ਕਹਿਣਾ ਚਾਹੁੰਦੇ ਸੀਗੇ ਜਿਹੜੀਆਂ ਬੱਸਾਂ ਰੋਕੀਆਂ ਜਾਇਆ ਕਰਨ ਜਾਂ ਫਿਰ ਬੱਸਾਂ ਵਧਾਈਆਂ ਜਾਣ। ਲੱਗਦਾ ਨੀ ਤਰੀਕਾ ਸਹੀ ਨਹੀਂ, ਬੈਠ ਕੇ ਗੱਲ ਕਰ ਲਓ, ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਲੱਗਦਾ ਨੀ ਜੇ ਬੈਠ ਕੇ ਗੱਲ ਕਰ ਲਈਏ ਪੰਚਾਇਤ ਤੌਰ ਤੇ ਅਫਸਰਾਂ ਨੂੰ ਮਿਲ ਲਈਏ, ਵਧੀਆ ਹੋ ਜੇ, ਲੜਾਈ ਨਾ ਹੋਵੇ ਮੇਰੇ ਖਿਆਲ ਜੀ। ਇਸ ਸਹਿਮਤ ਆ ਜੀ ਇਸ ਚੀਜ਼। ਪਰੇਸ਼ਾਨੀ ਕਿੰਨੀ ਹੈ? ਪਰੇਸ਼ਾਨੀ ਬਹੁਤ ਜੀ, ਗੱਡੀ ਰੋਕੀ ਸੀ, ਗੱਡੀ ਮੂਹਰੇ ਹੋ ਕੇ ਜੀ ਲਿਪਣ ਲੱਗ ਗਈ ਗੱਡੀ ਮੇਰੀ, ਕਿਹੜੀ ਗੱਲ ਆਤੀ ਆ ਸੱਟ ਕਿਵੇਂ ਲੱਗ ਗਈ? ਸੱਟ ਲੱਗੀ ਕੀ ਕਹਿੰਦੇ ਕੀ ਪਿੰਡ ਵਾਲੇ? ਗੱਡੀ ਸਾਨੂੰ ਸਰਕਾਰ ਦਾ ਨਹੀਂ ਪਹੁੰਚੇ ਹੁੰਦੇ ਸੀ ਕੰਪਨੀ ਵੱਧ ਕੇ ਪਹੁੰਚੇ ਅੱਗੇ ਗੱਡੀ ਪਰ